ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਜ਼ਾ ਦਿੱਤੀ ਜਾਵੇ। ਪੰਜਾਬ ਸਿੱਖ ਕੌਂਸਲ। ਪੰਜਾਬ ਸਿੱਖ ਕੌਂਸਲ ਦੇ ਮੈਂਬਰਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਂ 'ਤੇ ਇੱਕ ਮੰਗ ਪੱਤਰ ਸਹਾਇਕ ਕਮਿਸ਼ਨਰ ਪਟਿਆਲਾ ਸੂਬਾ ਸਿੰਘ ਨੂੰ ਸੌਂਪਿਆ। ਮੰਗ ਪੱਤਰ ਰਾਹੀਂ ਕੌਂਸਲ ਦੇ ਮੈਂਬਰਾਂ ਨੇ ਪੰਜਾਬ ਸਰਕਾਰ ਪਾਸੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਸਜ਼ਾ ਦੇਣ ਦੀ ਮੰਗ ਕੀਤੀ। ਅਸੀਂ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਅਸੀਂ ਮੰਗ ਪੱਤਰ ਦੇਣੇ ਹੈ ਰਾਹੀਂ ਜਿਸ ਆਪਣੇ ਪਟਿਆਲਾ ਡੀਸੀ ਰਾਹੀਂ ਅਸੀਂ ਮੁੱਖ ਮੰਤਰੀ ਪੰਜਾਬ ਨੂੰ ਦੇਣਾ ਹੈ ਜਿਹੜਾ ਕਿ ਸਨ 2015 ਵਿੱਚ ਗੋਲੀ ਕਾਂਡ ਹੋਇਆ ਸੀ ਆਪਣੇ ਬਰਗਾੜੀ ਵਿੱਚ। ਪਹਿਲਾਂ ਤਾਂ ਸਭ ਤੋਂ ਪਹਿਲਾਂ ਬੁਰਜ ਜੈ ਸਿੰਘ ਵਾਲਾ ਤੋਂ ਗੁਰੂ ਗ੍ਰੰਥ ਸਾਹਿਬ ਚੋਰੀ ਚੁੱਕ ਕੇ ਲਿਆ ਕੇ ਕੁਛ ਸ਼ਰਾਰਤੀ ਬੰਦਿਆਂ ਨੇ ਉਹ ਗਲੀਆਂ ਵਿੱਚ ਉਹਦੇ ਅੰਗ ਖਿਲਾਰਨੇ ਸ਼ੁਰੂ ਕਰਤੇ ਔਰ ਉਹਨਾਂ ਨੇ ਕੁਛ ਪਿੰਡਾਂ ਵਿੱਚ ਨੋਸਟ ਵੀ ਲਾਏ। ਨੋਸਟਾਂ 'ਤੇ ਲਿਖਿਆ ਵੀ ਸਾਡੇ ਬਾਬੇ ਦੀ ਜਦੋਂ ਫਿਲਮ ਨਹੀਂ ਚੱਲਣ ਦਿੰਦੇ ਤਾਂ ਅਸੀਂ ਤਾਂ ਕਰਕੇ ਗੁਰੂ ਗ੍ਰੰਥ ਸਾਹਿਬ ਚੁੱਕਿਆ ਆ। ਪਰ ਜੇ ਇਹਨਾਂ ਕੋਲ ਹਿੰਮਤ ਹੈਗੀ ਆ ਤਾਂ ਉਹ ਆਪਣਾ ਗੁਰੂ ਗ੍ਰੰਥ ਸਾਹਿਬ ਛਡਾ ਲੈਣ, ਜਿਹੜੇ ਸਾਡੇ ਫਿਲਮ ਨਹੀਂ ਚੱਲਣ ਦਿੰਦੇ ਸਾਡੇ ਬਾਬੇ ਦੀ ਜਿਹੜਾ ਸਰਸੇ ਵਾਲਾ ਸੀਗਾ। ਉਹ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੇ ਅੰਗ ਜਿਹੜੇ ਪਿੰਡਾਂ ਵਿੱਚ ਖਿਲਾਰੇ ਗਏ, 100 ਪਿੰਡਾਂ ਵਿੱਚ ਉਹਨਾਂ ਨੇ ਨੋਸਟ ਹੀ ਲਾ ਤੇ, ਰੋਜ਼ ਪੋਸਟਰ ਲਾਉਂਦੇ, ਲੋਕ ਪਾੜ ਦਿੰਦੇ ਸੀ, ਉਹਨਾਂ ਇਹੋ ਹੀ ਲਿਖਿਆ ਸੀ ਵੀ ਸਾਡੀ ਫਿਲਮ ਨਹੀਂ ਚੱਲਣ ਦੀ। ਜਦੋਂ ਉਸ ਤੋਂ ਬਾਅਦ ਸੰਗਤਾਂ ਨੇ ਵਿਰੋਧ ਕੀਤਾ, ਧਰਨਾ ਦਿੱਤਾ, ਜਦੋਂ ਗੁਰੂ ਸਾਹਿਬ ਦੇ ਅੰਗ ਬਰਗਾੜੀ ਵਿੱਚ ਅਤੇ ਬਹਿਬਲ ਕਲਾਂ ਵਿੱਚ ਖਿਲਾਰੇਗਾ, ਹੋਰ ਪਿੰਡਾਂ 'ਚ ਵੀ ਖਿਲਾਰੇਗਾ, ਉਸ ਧਰਨੇ ਉੱਤੇ ਉਸ ਟਾਈਮ ਦੀ ਸਰਕਾਰ ਜਿਹੜੀ ਸੀ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀ, ਸੁਖਬੀਰ ਬਾਦਲ ਜਿਹੜਾ ਉਪ ਮੁੱਖ ਮੰਤਰੀ ਸੀ, ਨਾਲੇ ਉਹਦੇ ਕੋਲ ਗ੍ਰਹਿ ਵਿਭਾਗ ਦਾ ਮਹਿਕਮਾ ਸੀ ਅਤੇ DGP ਸੁਮੇਧ ਸੈਣੀ ਸੀ, ਉਹਨਾਂ ਦੀ ਮਿਲੀ ਭੁਗਤਦਾ ਅਸੀਂ ਤਾਂ ਕਹਿ ਸਕਦੇ ਜੋ ਸਿੱਟਾ ਸੀ ਜੋ ਕਰੇ ਇਸ ਤਰ੍ਹਾਂ ਨਿਹੱਥੇ ਲੋਕਾਂ ਨੇ ਗੋਲੀਆਂ ਚਲਾ ਦੇਣੀਆਂ ਅਤੇ ਕੋਈ ਨਿਆਂ ਨਾ ਦੇਣਾ। ਉਸ ਤੋਂ ਬਾਅਦ ਜਦੋਂ ਚੋਣਾਂ ਹੋਈਆਂ 2017 ਵਿੱਚ ਅਤੇ ਜਿਹੜੀ ਕਾਂਗਰਸ ਦੀ ਸਰਕਾਰ ਬਣੀ ਆ, ਉਸ ਟਾਈਮ 'ਤੇ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕਰਿਆ ਸੀ ਵੀ ਮੈਂ ਜੇ ਸਰਕਾਰ ਬਣਦੀ ਹੈ 3 ਮਹੀਨਿਆਂ ਦੇ ਵਿੱਚ ਸਾਰਾ ਸੱਚ ਸਾਹਮਣੇ ਲਿਆਊਂਗਾ। ਪਰ ਉਸ ਤੋਂ ਬਾਅਦ ਰਣਜੀਤ ਸਿੰਘ ਇਹਨਾਂ ਨੇ ਕਮਿਸ਼ਨ ਬਿਠਾਇਆ ਜਿਹੜਾ 1 ਸਾਲ ਅਤੇ 3 ਮਹੀਨੇ ਹੋ ਗਏ ਆ, ਜਿਹਦੀ ਅਜੇ ਤੱਕ ਕੋਈ ਰਿਪੋਰਟ ਹੀ ਨਹੀਂ ਆਈ। ਲੋਕਾਂ ਨੂੰ ਸੱਚ ਸਾਹਮਣੇ ਲਿਆਉਣ ਵਾਸਤੇ ਅਸੀਂ ਅੱਜ ਫਿਰ ਅਸੀਂ ਯਾਦ ਪੱਤਰ ਦਿੱਤਾ ਹੈ ਅਸੀਂ DC ਰਾਹੀਂ ਮੁੱਖ ਮੰਤਰੀ ਨੂੰ ਵੀ ਰਣਜੀਤ ਸਿੰਘ ਦੀ ਜਿਹੜੀ ਰਿਪੋਰਟ ਆ ਉਹ ਜਲਦੀ ਜਲਦੀ ਰਿਲੀਜ਼ ਕੀਤੀ ਜਾਵੇ। ਜੇਕਰ ਨਹੀਂ ਰਿਲੀਜ਼ ਕਰਦੀ ਸਿੱਖਾਂ ਵਿੱਚ ਬੜਾ ਵੱਡਾ ਭਾਰੀ ਰੋਸ ਆ, ਸਾਡੀ ਜਿਹੜੀ ਪੰਜਾਬ ਸਿੱਖ ਕੌਂਸਲ ਆ ਅਗਲੇ ਦਿਨਾਂ ਵਿੱਚ ਫਿਰ ਸੰਘਰਸ਼ ਜਿਹੜਾ ਹੋਰ ਤੇਜ਼ ਕਰੇਗੀ, ਵਿੱਢਾਂਗੇ ਅਸੀਂ ਪੂਰੇ ਪੰਜਾਬ ਦੇ ਪੂਰੇ ਸੰਸਾਰ, ਅਸੀਂ ਸਿੱਖਾਂ ਨੂੰ ਨਾਲ ਲੈ ਕੇ ਅਸੀਂ ਫਿਰ ਇਹ ਜਿਹੜਾ ਰੋਸ ਜ਼ਾਹਰ ਕਰਾਂਗੇ। ਜਿਸ ਕਰਕੇ ਅਸੀਂ ਅਜੇ ਇਹਨਾਂ ਨੂੰ ਅਜੇ ਸਰਕਾਰ ਨੂੰ ਅਜੇ ਟਾਈਮ ਦਿੱਤਾ ਵੀ ਜਲਦੀ ਤੋਂ ਜਲਦੀ ਰਣਜੀਤ ਸਿੰਘ ਵਾਲੀ ਜਿਹੜੀ ਕਮਿਸ਼ਨ ਵਾਲੀ ਰਿਪੋਰਟ ਆ ਉਹ ਲਾਗੂ ਕਰਨ, ਉਹ ਜਿਹੜੇ ਦੋਸ਼ੀ ਆ ਉਹ ਸਾਹਮਣੇ ਆਉਣ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਅੰਗ ਖਿਲਾਰੇ ਆ। ਇੱਕ ਦੋਸ਼ੀ ਉਹ ਨੇ, ਦੂਜੇ ਦੋਸ਼ੀ ਉਹ ਨੇ ਪੁਲਿਸ ਵਾਲੇ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਅਤੇ ਸਾਡੇ 2 ਸਿੰਘ ਸ਼ਹੀਦ ਕਰੇ ਆ ਅਤੇ ਅਨੇਕਾਂ ਹੀ ਉੱਥੇ ਜਿਹੜੇ ਫੱਟੜ ਹੋਏ ਆ ਉਹਨਾਂ ਦਾ ਅੱਜ ਤੱਕ ਕਿਸੇ ਨੂੰ ਨਿਆਂ ਨਹੀਂ ਮਿਲਿਆ। ਅਸੀਂ DC ਰਾਹੀਂ ਨੂੰ ਯਾਦ ਪੱਤਰ ਦੇ ਕੇ ਅਸੀਂ ਬਾਹਰ ਵਾਪਸ ਆ।